आराम ना, आराम ना, अभी आके बच्चों को सही एसएसपी की चेयर है आज तो सही एसएसपी पागल का तुझे कुछ मंगवाना है इतने बेल मार सकते हो ठीक है करो नौवीं क्लास की विद्यार्थन नू एक दिन ले बनाया फाजिलका का एसएसपी। दस दे कि सोशल मीडिया से मैसेज करके इस बच्ची ने एसएसपी बनने की इच्छा जाहिर की सी, जिस तो बाद फाजिलका जिले की एसएसपी अवनीत कौर सिद्धू ने इस बच्ची के सुपने नू पूरा किया। मीडिया नाल गलबात करते हुए विद्यार्थन कुशदीप कौर ने की कहा, आओ थानू सुनाते हैं। हाँ जी मैम, की नाम है तुहाडा? मेरा नाम कुशदीप कौर है। अज तुसीं एसएसपी ऑफिस पहुंचो एज ए एसएसपी, की कहना चाहोगे, की महसूस कर रहे हो? मैं बहुत वधिया फील कर रही हूँ ताकि मैं मैम ने डबडा मौका दिता। मैम ने मौका दिता है, लेकिन उस तो पहले तुहाडी की सोच सी कि तुसी की बनना चाहते सी? मैं एसएसपी बनना चाहती सी। मैम तो इंस्पायर। मैम ने मौका दिता उस तो पहले तुसी एसएसपी बनना चाहते सी के ओ किन्ने सोच उपजाई, ओ किन्ने क्या तुसी एसएसपी बनना है? मेरे फादर ने ही मेनू सारा इंस्पिरेशन दिता। केड़ी क्लास से पढ़दे हो? 9th। केड़े स्कूल दे पढ़दे? सरदार पटेल कॉन्वेंट पब्लिक हाई स्कूल इन खोवाली टाप। ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ, ਅੱਜ ਜਿਹੜੀ ਪੂਰੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰ 'ਤੇ ਤੁਸੀਂ ਬੈਠੇ ਹੋ ਅੱਜ? ਬਹੁਤ ਵਧੀਆ ਲੱਗ ਰਿਹਾ ਜੀ। ਕੀ ਹੁਣ ਮੈਸੇਜ ਦੇਣਾ ਚਾਹੋਗੇ ਜੋ ਬੱਚੇ ਆਪਦਾ ਜੋ ਐਸਐਸਪੀ ਬਣਨਾ ਚਾਹੁੰਦੇ, ਆਈਪੀਐਸ ਬਣਨਾ ਚਾਹੁੰਦੇ ਨੇ ਉਹਨਾਂ ਨੂੰ? ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਸਾਰੇ ਬੱਚੇ ਆਪਦਾ ਸੁਪਨਾ ਪੂਰਾ ਕਰਨ, ਕੁਛ ਵੀ ਉਧਾਰਾ ਨਾ ਛੱਡਣ, ਤਾਂ ਕਿ ਉਹ ਵੱਡੇ ਹੋ ਕੇ ਸਭ ਨੂੰ ਬਣ ਕੇ ਕੁਛ ਦਿਖਾਉਣ। ਕਿਵੇਂ ਤੁਹਾਡੇ ਵੱਲੋਂ ਹੁਣ ਜੇ ਜਨਤਾ ਨਾਲ ਮੇਲ ਮਿਲਾਪ ਕੀਤਾ ਜਾਏਗਾ? ਤੁਸੀਂ ਅੱਜ ਐਸਐਸਪੀ ਬਣੇ ਹੋ, ਇੱਕ ਦਿਨ ਦੇ ਐਸਐਸਪੀ ਹੋ, ਤੁਹਾਨੂੰ ਕੀ ਲੱਗਦਾ ਕਿ ਪਹਿਲਾ ਕੰਮ ਕੀ ਕਰਨਾ ਚਾਹੀਦਾ ਤੁਹਾਨੂੰ? ਪਹਿਲਾ ਕੰਮ ਤਾਂ ਵੀ ਸਭ ਤੋਂ ਪਹਿਲਾਂ ਨਸ਼ਾ ਛੁਡਾਉਣਾ ਚਾਹੀਦਾ, ਵੀ ਜੋ ਮਾਵਾਂ ਦੇ ਪੁੱਤ ਖਰਾਬ ਹੋ ਰਹੇ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ। ਇਹ ਤੁਸੀਂ ਕਿਵੇਂ ਕਹਿ ਸਕਦੇ ਨਸ਼ਾ ਖਰਾਬ ਕਰ ਰਿਹਾ ਕਿ ਤੁਹਾਡੇ ਪਿੰਡਾਂ 'ਚ ਕਿਸ ਤਰੀਕੇ ਨਸ਼ੇ ਦੀ ਕੋਈ ਹਵਾ ਚੱਲੀ ਹੋਈ ਹੈ? ਹਵਾ ਨਹੀਂ, ਵੀ ਬਹੁਤ ਸਾਰੇ ਮੀਡੀਆ 'ਤੇ ਵੀ ਬਹੁਤ ਕੁਛ ਹੁੰਦਾ, ਬੱਚੇ ਫਿਰ ਮੂਵੀ 'ਚ ਵੀ ਬਹੁਤ ਕੁਛ ਖਰਾਬ ਕਰਦੇ ਨੇ। ਯਾਨੀ ਕਿ ਨਸ਼ੇ ਨੂੰ ਲੈ ਕੇ ਤੁਸੀਂ ਸਭ ਤੋਂ ਪਹਿਲਾਂ ਅੱਗੇ ਆਉਣਾ ਚਾਹੁੰਦੇ? ਕੋਈ ਹੋਰ ਖਾਸ ਮੈਸੇਜ ਦੇਣਾ ਚਾਹੋਗੇ? ਖਾਸ ਮੈਸੇਜ ਇਹ ਹੈ ਕਿ ਕੁੜੀਆਂ ਨੂੰ ਪੜ੍ਹਾਉਣ, ਉਹਨਾਂ ਨੂੰ ਪਿੱਛੇ ਨਾ ਹਟਾਉਣ, ਉਹਨਾਂ ਨੂੰ ਵਧੀਆ ਮੌਕਾ ਦੇਣ ਹਰੇਕ ਕੰਮ ਕਰਨ ਦਾ। ਅਤੇ ਅੱਜ ਕੱਲ੍ਹ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਆ ਰਹੀਆਂ ਨੇ, ਤਾਂ ਕੁੜੀਆਂ ਨੂੰ ਹਰੇਕ ਚੀਜ਼ ਜੋ ਕਹਿੰਦੀਆਂ ਨੇ ਵੀ ਉਹ ਪੜ੍ਹਨਾ ਚਾਹੁੰਦੀਆਂ ਤਾਂ ਉਹਨਾਂ ਨੂੰ ਪੜ੍ਹਾਉਣ। ਮੈਡਮ ਬਾਰੇ ਕੀ ਕਹਿਣਾ ਚਾਹੋਗੇ ਜੋ ਮੈਡਮ ਨੇ? ਮੈਂ ਮੈਮ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਮੈਮ ਨੇ ਮੈਨੂੰ ਇੱਥੇ ਇਸ ਕੁਰਸੀ 'ਤੇ ਬਿਠਾਇਆ। ਜੋ ਐਸਐਸਪੀ ਅੱਜ ਬਣਾਇਆ ਗਿਆ? ਹਾਂਜੀ, ਇਹ ਬੱਚੀ ਦਾ ਨਾਮ ਖੁਸ਼ਦੀਪ ਕੌਰ ਹੈ ਜੀ। ਇਹਨਾਂ ਨਾਲ ਮੇਰਾ ਰਾਬਤਾ ਹੋਇਆ ਸੀ ਸੋਸ਼ਲ ਮੀਡੀਆ 'ਤੇ, ਇਹਨਾਂ ਨੇ ਮੈਸੇਜ ਮੈਨੂੰ ਕੀਤਾ ਸੀਗਾ ਕਿ ਮੈਡਮ ਮੈਂ ਤੁਹਾਨੂੰ ਬਹੁਤ ਫੋਲੋ ਕਰਦੀ ਹਾਂ ਔਰ ਮੈਂ ਵੀ ਐਸਐਸਪੀ ਬਣਨਾ ਚਾਹੁੰਦੀ ਹਾਂ। ਸੋ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਹੈਗੇ ਹੋ ਕਿਤੇ ਔਰ ਇਸ ਸਕੂਲ 'ਚ ਪੜ੍ਹਦੇ ਆ? ਸੋ ਫਿਰ ਅਸੀਂ ਇਹਨਾਂ ਦਾ ਮੈਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੇ ਸਕੂਲ ਇਹਨਾਂ ਦੇ ਪੇਰੈਂਟਸ ਨਾਲ ਕੰਟੈਕਟ ਕਰਕੇ ਫਿਰ ਅੱਜ ਅਸੀਂ ਸੋਚਿਆ ਕਿ ਅੱਜ ਤੁਹਾਨੂੰ ਅਸੀਂ ਇੱਕ ਦਿਨ ਲਈ ਐਸਐਸਪੀ ਦਾ ਕਿਵੇਂ ਐਸਐਸਪੀ ਦਾ ਕੰਮ ਹੁੰਦਾ ਉਹ ਸਾਰਾ ਦਿਖਾਵਾਂਗੇ ਔਰ ਇੱਕ ਦਿਨ ਲਈ ਤੁਹਾਨੂੰ ਐਸਐਸਪੀ ਬਣਨ ਦਾ ਮੌਕਾ। ਮੈਮ ਇਸ ਤਰੀਕੇ ਦੀ ਐਕਟੀਵਿਟੀ ਚੱਲਦੀਆਂ ਰਹਿੰਦੀਆਂ ਨੇ, ਮੋਟੀਵੇਟ ਕਰਨ ਵਾਸਤੇ, ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਚੱਲ ਜਾਂਦਾ ਹੈ। ਜੇਕਰ ਆਪਾਂ ਇਸ ਐਕਸਪੀਰੀਅੰਸ ਦੀ ਗੱਲ ਕਰੀਏ, ਇਸ ਬੱਚੀ ਨੂੰ ਮੌਕਾ ਦਿੱਤਾ ਕਿ ਇਹ ਪਹਿਲਾ ਮੌਕਾ ਜਾਂ ਪਹਿਲੇ ਵੀ ਇਸ ਆਫਿਸ ਇਸ ਤਰੀਕੇ ਮੌਕੇ ਦਿੱਤੇ ਜਾ ਚੁੱਕੇ? ਇਸ ਆਫਿਸ 'ਚ ਮੇਰੇ ਤੋਂ ਪਹਿਲਾਂ ਮੇਰੇ ਪ੍ਰੀਡੈਸੈਸਰ ਸਰਦਾਰ ਭੁਪਿੰਦਰ ਸਿੰਘ ਜੀ ਐਸਐਸਪੀ ਫਾਜ਼ਿਲਕਾ ਵੱਲੋਂ, ਉਹਨਾਂ ਵੱਲੋਂ ਵੀ ਆਈ ਥਿੰਕ ਥੈਲੇਸੀਮੀਆ ਦਾ ਪੇਸ਼ੈਂਟ ਸੀਗਾ ਇੱਕ ਬੱਚਾ, ਅਤੇ ਉਸਨੂੰ ਇਹ ਮੌਕਾ ਦਿੱਤਾ ਗਿਆ ਸੀਗਾ। ਸੋ ਅੱਛਾ ਵੀ ਲੱਗਦਾ ਜੀ ਕਿਉਂਕਿ ਬੱਚੇ ਇੰਸਪਾਇਰ ਹੁੰਦੇ ਆ। ਅਸੀਂ ਬੱਚਿਆਂ ਨਾਲ ਕੰਟੀਨਿਊਸਲੀ ਬਹੁਤ ਸਾਰੇ ਪ੍ਰੋਗਰਾਮਸ ਕਰਦੇ ਹਾਂ ਅਤੇ ਉੱਥੇ ਫੀਲ ਹੁੰਦਾ ਵੀ ਬੱਚੇ ਬਹੁਤ ਇੰਟਰਸਟ ਨਾਲ ਸੁਣਦੇ ਵੀ ਹੈ ਔਰ ਅੱਗੇ ਮੈਸੇਜ ਵੀ ਲੈ ਕੇ ਜਾਂਦੇ ਆ। ਅੱਜ ਕੱਲ੍ਹ ਲੋੜ ਹੈ ਆਪਾਂ ਨੂੰ ਸੋਸ਼ਲ ਅਵੇਅਰਨੈਸ ਦੀ ਵੀ। ਸੋ ਬੱਚੇ ਨਾਲ ਸਾਡੇ ਨਾਲ ਜੁੜਦੇ ਆ ਤਾਂ ਪੁਲਿਸ ਦਾ ਵੀ ਜਿਹੜੀ ਕਮਿਊਨਿਟੀ ਪੁਲਿਸਿੰਗ ਹੈਗੀ ਆ ਉਹ ਵੱਧ ਚੜ੍ਹ ਕੇ ਉਹਦੇ ਵਿੱਚ ਲੋਕ ਹਿੱਸਾ ਲੈਂਦੇ। ਦੇਖੋ ਜੀ, ਚਾਹੇ ਉਹ ਇੱਕ ਦਿਨ ਦੀ ਐਸਐਸਪੀ ਹੈ ਕੋਈ ਵੀ, ਹਰ ਜੋ ਪੰਜਾਬ ਦਾ ਨਾਗਰਿਕ ਹੈ ਆਈ ਥਿੰਕ ਹਰ ਸਾਰੇ ਲੋਕ ਇਸ ਮੁੱਦੇ ਨੂੰ ਲੈਂਦੇ ਔਰ ਇਹ ਆਪਣੇ ਸਾਰਿਆਂ ਦਾ ਫਰਜ਼ ਹੈ। ਤੋ ਇੱਕ 9th ਕਲਾਸ ਦੀ ਬੱਚੀ ਹੈ, ਦੇਖੋ ਉਹਦੀ ਵੀ ਇਹੀ ਸੋਚ ਹੈ, ਪੁਲਿਸ ਦੀ ਵੀ ਇਹੀ ਸੋਚ ਹੈ, ਸਮਾਜ ਦੀ ਵੀ ਇਹੀ ਸੋਚ ਹੈ। ਸੋ ਇੱਥੋਂ ਇਹੀ ਹੈ ਕਿ ਆਪਾਂ ਸਭ ਨੇ ਮਿਲ ਕੇ ਫਾਈਟ ਕਰਨਾ ਹੈ ਔਰ ਕਰਾਂਗੇ ਵੀ, ਕਰ ਵੀ ਰਹੇ, ਅੱਗੇ ਵੀ ਕਰਦੇ। ਹੋਰ ਜਿਹੜੇ ਬੱਚੇ ਮੈਮ ਐਸਐਸਪੀ ਬਣਨਾ ਚਾਹੁੰਦੇ ਨੇ ਜਾਂ ਕੋਈ ਹੋਰ ਅਫਸਰ ਬਣਨਾ ਚਾਹੁੰਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕੀਤਾ ਜਾਏਗਾ ਤੁਹਾਡੇ ਵੱਲੋਂ? ਦੇਖੋ ਜੀ,
लगातार ही साढ़े वालों पिंडा विच भी जाके स्कूल्स विच भी जाके डिस्ट्रिक्ट एडमिनिस्ट्रेशन वालों भी लर्न एंड ग्रो प्रोग्राम जोड़ा मैडम वालों डीसी मैडम वालों चल रहा है जिसे कि सारे ऑफिसर स्कूलों में जाके बच्चों मोटिवेट करते और पुलिस वालों भी इस तरह के बहुत सारे प्रोग्राम्स होंगे रहेंगे सो ये लगातार जारी रहेंगे जी बच्चों अपने नाल जोड़ के कई बार असं आप जाने स्कूल में किसी दिन असं इन्हों खुद इतने बुला लेने सो इन्हें स्कूल के भी अच्छे असं 15-20 बच्चे बुलाए हुए वो भी आने ताकि वो भी देखन और इंस्पायर हो तुहानू की महसूस हो रहा है अपनी चेयर छड़ के दूसरी तरफ बैठे हो नहीं मैनू तो बहुत अच्छा लग रहा है जी अपने बच्चे को यहाँ देखकर मेरे पास वर्ड नहीं है कि मैं क्या बयान करूँ कि हमारा एक बच्चा कहाँ जाकर आज बैठा है तो ये आगे जाकर ये अपना सपना जरूर पूरा करेगा और हमारे स्कूल की और पूरी टीम की बेस्ट विशेज इस बच्चे के साथ हैं। मैम के बारे में क्या कहना चाहूँगा? मैम के बारे में मुझे इतनी खुशी हो रही है कि इन्होंने उसकी रिक्वेस्ट एक्सेप्ट करी और उसको अपने ऑफिस में बुलाया और खुद रिसीव करने के लिए वहाँ आए। किस तरह का वाक्य रहा, कैसे पता चला ड्रीम के बारे में? ये बच्चे ने ही अपना जैसे फेसबुक पर डाला था कि मैं मैम से मिलना चाहती हूँ और इन्होंने रिक्वेस्ट एक्सेप्ट करी उसकी और फिर मुझे कल फ़ोन आया, पेरेंट्स को भी आया और मुझे भी फ़ोन आया कि आपके स्कूल का ऐसा बच्चा है उसने हमें रिक्वेस्ट दी थी तो हम उसको अपने ऑफिस में लेके जाना चाहते हैं। तो मैंने कहा ये तो हमारे लिए बहुत ज़्यादा प्राउड मोमेंट है और क्या मैं भी इनके साथ आ सकती? कहते आपने तो इनके साथ ही आना है तो क्योंकि मैं ये मौका मिस नहीं करना चाहती थी कि ये ऑफिस में आकर और सामने बैठ कर बात करना तो ये मौका कोई भी मेरे ख्याल से मतलब छोड़ना नहीं चाहेगा। मैं तो नहीं छोड़ना चाहती थी, बाकी मैं कुछ नहीं कह सकती। सर फोटो करना है, ठीक है ना सर? प्लीज हाँ हाँ करो। चलो जो एसएसपी ज्वाइन कर दे तो फिर सारे नवे जिले चाहते हो तो फिर सारे थोड़ा वेलकम करते हैं, ठीक है? एम साढ़े डीएसपी साहब है सर सामने प्लीज। ये सारे स्टाफ के मेंबर्स सारा मीडिया आया वेलकम। चलो।